ਸਤਿ ਸ੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ ਪਿੰਡ ਵਾਲੇ ਜੱਟ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜੀ। ਸਾਡੀਆਂ ਆਈਆਂ ਹੋਈਆਂ ਭੂਆ ਜੀ, ਹੁਣੇ ਤੇ ਰੱਖੜੀਆਂ ਬੰਨਣ ਆਈਆਂ ਭੂਆ ਜੀ। ਉਹਨੇ ਪਾਪਾ ਮੇਰੇ ਘਰੇ ਨਹੀਂ ਹੈਗੇ, ਉਹ ਆਪਣਾ ਗੱਡੀ 'ਤੇ ਗਏ ਹੋਏ। ਆਪਣੇ ਭਤੀਜੇ ਦੇ ਰੱਖੜੀਆਂ ਬੰਨ ਰਹੀਆਂ ਦੋਨੇ ਭੂਆ ਜੀ। ਉਹਨੇ ਰੱਖੜੀਆਂ ਵਿੱਚ ਰੱਖ ਲਓ ਡੱਬੇ ਕੇ ਨਾ ਆਊਗੇ ਵਿੱਚ ਪਲੇਟ ਕੇ ਵਿੱਚ। ਹਾਂ ਠੀਕ ਹੈ। ਇੱਕ ਪਲੇਟ ਹੋਰ ਲਿਆਵਾਂ, ਡੱਬਾ ਨਾ ਚੂਹਾ ਹੈ। ਆ ਜਾ ਉਦੋਂ, ਮੈਂ ਤੂੰ ਵੀ ਨਾਨੀ ਦੀ ਰੱਖੜੀ ਬਣਵਾ ਲੈ। ਨਾਨੂ ਕੀ ਭੈਣ ਹੈ, ਇੱਧਰ ਨੂੰ ਆ ਜਾ। ਇੱਕ ਵਾਰ ਟਰੱਕ ਕੀ ਦੇ ਦੀ ਨਾਨੀਆਂ ਆਉਂਦੀਆਂ ਨੀ ਕਿਤੇ, ਉਹਨਾਂ ਬੁਲਾਵਾ ਹੈ। ਨਾਨੀਆਂ ਨੂੰ ਬੁਲਾਉਂਦਾ ਰਹਿ, ਨਾਨੀਆਂ ਦੇ ਕੋਲ ਜਾਂਦਾ ਰਹਿ। ਜੇ ਉਹ ਕਲਮਾ ਮਿਲ ਗਿਆ ਤਾਂ ਪਛਾਣ ਲੇਗਾ ਨਾਨੀਆਂ ਨੂੰ। ਕਲਮਾ ਜਾ ਰਾਜਪੁਰੇ ਜਾਵਾਂ, ਇਹਨਾਂ ਨੂੰ ਪਛਾਣ ਲੇਗਾ। ਚੱਲ ਤੂੰ ਵੀ ਖਿਲਾ ਦੇ, ਦੋਨੇ ਭੂਆ ਨੂੰ ਖਿਲਾ ਦੇ ਤੂੰ ਵੀ। ਪਾ ਇਹਨਾਂ ਕਿ ਮੋਗੇ ਜਿਗੇ ਗੁਲਾਬ ਜਾਮਣ ਖਾਣ ਜਾਣਾ ਵਾ, ਚੱਲ ਚੱਲ ਹੱਥ ਖਾਣ ਜਾਣਾ। ਅੱਜ ਦੀ ਖਾਣਾ ਮੁਸ਼ਕਲ ਤੇ ਲੈ ਲਿਆ, ਪਰ ਖਾਣਾ ਖਾਣ ਤੇ ਖਾਣਾ ਕੋਈ ਨਾ ਹੋ ਲੈ 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 ਯਾਰ ਉਹ ਜਾ ਰਿਹਾ ਚਾਚੀ ਜੀ ਨੇ ਨਹੀਂ ਆ ਗੁਲਾ ਪਾਈ ਬਿਠਾਈ ਮੈਂ ਨਾ ਆਣਾ ਫਿਰ ਬਸ ਆ ਜਾ ਇਹ ਬਸ ਸਮਝਾ ਗਿਆ। ਸਾਗਨ ਦਾ ਹੁਣ ਰੱਖੜੀਆਂ ਬੰਨੀਆਂ ਬਾਈ, ਸਾਗਨ ਤਾਂ ਹੋਇਓ ਘਰ ਆਏ। ਜੇ ਭਾਈ ਗਿਆ ਵਾ ਭਤੀਜੇ ਦਾ ਘਰੇ ਬੈਠਿਆ, ਭਰਜਾਈ ਘਰ ਆਏ ਹੈ। ਪਾਪੜੇ ਦਾ ਫੋਨ ਕਰਿਆ ਮਾਰੇ ਬਾਬਾ, ਤੇਰੀ ਬੁਆ ਆਈ ਵੀ ਆ ਨਾ ਕਹਿ ਰਹੇ ਤਾ ਉਹ ਕਾਮ ਹੀ ਆ, ਦੁਪਹਿਰੇ ਨੂੰ ਆਵੇ ਆ, ਤਾਂ ਆਵੇ ਕੱਲ ਸੋਏ ਨੀ ਮੈਂ ਤੇ ਬੁਰੇ ਨੂੰ ਦਰਵਾਜ਼ਾ ਹੀ ਸੁਣਦਾ ਨਾ ਬਾਹਰ ਆਵਾਜ਼ ਲੈ ਬੁਆ। ਚਾਹ ਥੋੜੇ ਹੀ ਆ ਕੀ ਆ ਘਰ ਕੀ ਆ ਘਰ ਕਹਿੰਦੇ ਕਹਿੰਦੇ ਆ ਹੋਰ ਉਧਰ ਤੂੰ ਵੀ ਦੇ ਪੁੱਤ ਨਾ ਦੋ ਕਾ ਉਧਰ ਤੂੰ ਵੀ ਦੇ ਨਹੀਂ ਆ ਨਾ ਮਮਾ ਨਹੀਂ ਮਮਾ ਨਹੀਂ ਮਮਾ ਨਹੀਂ।
ਦੇਵੇ ਕੋਲ ਤਾਂ ਗੱਲਾਂ ਭਰਿਆ ਵਾ ਗੱਲਾਂ ਕਰਾਈ ਜੇ ਤਾਂ ਯਾਂ ਗੱਲਾਂ ਕਰਾਈਂਗੇ ਫਿਰ ਹੁਣ ਕਰਾਏ ਤਾਂ ਮੈਂ ਮੈਂ ਦੇ ਆਪੇ ਇਸ ਨਾਮ ਆ ਗਏ ਓਏ ਇਸ ਨਾਮ ਆ ਗਏ ਤੋ ਤਾਂ ਤੇ ਮੰਮੀ ਓਏ ਜਾ ਕਰੋ ਤੇ ਨਾਮੇ ਨਾ ਸਾਦੀ ਮੰਮੀ ਪਾਪਾ ਬੁਆ ਨਾਲ ਗੱਲਾਂ ਮਾਰ ਰਹੇ ਨੇ ਪਾਪਾ ਜੀ ਦੀਆਂ ਭੈਣਾਂ ਰੱਖਣੀਆਂ ਮਿਲਣੀਆਂ ਪਾਪਾ ਜੀ ਦੇ ਪਾਪਾ ਜੀ ਹੁਣ ਆਏ ਨੇ ਗੱਡੀ ਲੈ ਕੇ ਜਤਿੰਦਰ ਦੇ ਮੰਗਾਈਆਂ ਪੇਚਾਲੀ ਹੈ ਤੇਜ਼ ਆ।
ਬੜੀ ਗੇੜੀ ਹੈ ਜਰਨੈਲ ਗੋਰ ਜੋ ਹੈ ਜਰਨੈਲ ਗੋਰ ਜੋ ਇਨ ਛਿੱਤਰੋ ਗੋਰ ਉਹ ਮੇਰੀ ਬੂਹਾ ਚਲਾ ਚੱਲ ਇੱਕੋ ਗੱਡੀ ਕੇ ਮੰਨ ਲਈ ਦੁਬਾਰਾ ਚੱਲ ਇਹਨੂੰ ਇਹੋ ਕੱਚਾ।